ਫੁੱਟਬਾਲ ਕਲੱਬ ਅਪਰਾ ਵੱਲੋਂ ਠੇਕੇਦਾਰ ਜਲਮਨ ਸਿੰਘ ਦੀ ਨਿੱਘੀ ਯਾਦ ਵਿੱਚ ਪ੍ਰਵਾਸੀ ਭਾਰਤੀਆਂ ਅਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ 4 ਦਿਨਾਂ ਫੁੱਟਬਾਲ ਅਤੇ ਕਬੱਡੀ ਟੂਰਨਾਮੈਂਟ ਅਪਰਾ ਦੀ ਗਰਾਊਂਡ ਵਿਖੇ ਕਰਵਾਇਆ ਗਿਆ, ਜਿਸ ਦਾ ਉਦਘਾਟਨ ਅਨਿਲ ਕੁਮਾਰ ਨੇ ਆਪਣੇ ਹੱਥੀ ਫੁੱਟਬਾਲ ਦਾ ਮੈਚ ਸ਼ੁਰੂ ਕਰਵਾ ਕੇ ਕੀਤਾ। ਟੂਰਨਾਮੈਂਟ ਦਾ ਉਦਘਾਟਨੀ ਮੈਚ ਥੱਲਾ ਪਿੰਡ ਅਤੇ ਲੇਹਲ ਕਲਾ ਦੀ ਟੀਮ ਵਿਚਕਾਰ ਕਰਵਾਇਆ ਗਿਆ, ਜਿਸ ਵਿੱਚ ਥੱਲਾ ਪਿੰਡ ਦੀ ਟੀਮ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਹੈ ਕਿ ਟੂਰਨਾਮੈਂਟ ਦੌਰਾਨ ਪਿੰਡ ਪੱਧਰ ਅਤੇ ਵੱਖ ਵੱਖ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਉਹਨਾਂ ਦੱਸਿਆ ਹੈ ਕਿ ਟੂਰਨਾਮੈਂਟ ਦੇ ਆਖਰੀ ਦਿਨ ਜਿੱਥੇ ਲੜਕਿਆਂ ਦੇ ਕਬੱਡੀ ਮੈਚ ਹੋਣਗੇ, ਉੱਥੇ ਹੀ ਲੜਕੀਆਂ ਦੇ ਵੀ ਕਬੱਡੀ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ। ਕਮੇਟੀ ਮੈਂਬਰਾਂ ਨੇ ਸਮੂਹ ਇਲਾਕਾ ਵਾਸੀਆਂ ਨੂੰ ਟੂਰਨਾਮੈਂਟ ਦੀ ਰੌਣਕ ਵਧਾਉਣ ਦੀ ਅਪੀਲ ਕੀਤੀ। ਕਮੇਟੀ ਮੈਂਬਰਾਂ ਨੇ ਦੱਸਿਆ ਹੈ ਕਿ ਟੂਰਨਾਮੈਂਟ ਦੇ ਆਖਰੀ ਦਿਨ ਸਾਂਝ ਟੀਵੀ ਅਤੇ ਫਾਸਟਵੇ ਦੇ ਚੈਨਲ ਨੰਬਰ 132 ਦੇ ਸਿੱਧਾ ਪ੍ਰਸਾਰਣ ਵੀ ਦਿਖਾਇਆ ਜਾਵੇਗਾ। ਜਿਹੜਾ ਅਪਰੇ ਦੇ ਵਿੱਚ ਫੁੱਟਬਾਲ ਕਲੱਬ ਵੱਲੋਂ ਟੂਰਨਾਮੈਂਟ ਕਰਾਇਆ ਜਾ ਰਿਹਾ, ਇਹ 15, 16, 17, 18 ਤਰੀਕ ਤੱਕ ਚੱਲੂਗਾ। 18 ਤਰੀਕ ਨੂੰ ਕਬੱਡੀਆਂ ਦੇ ਟੂਰਨਾਮੈਂਟ ਵੀ ਹੋਣਗੇ, ਉਹ ਰਾਤ ਤੱਕ ਚੱਲਣਗੇ। ਅੱਜ ਜਿਹੜਾ ਪਹਿਲਾ ਮੈਚ ਸ਼ੁਰੂ ਦੇ ਵਿੱਚ ਓਪਨਿੰਗ ਸੈਰੇਮਨੀ ਦੇ ਵਿੱਚ ਥੜਾ ਨਾਲ ਲੇਹਲ ਕਲਾਂ ਦੇ ਵਿੱਚ ਹੋਇਆ, ਉਹਨਾਂ ਵਿੱਚ ਥੜਾ ਜੇਤੂ ਰਿਹਾ। ਇਸ ਜਿਹੜਾ ਫੁੱਟਬਾਲ ਟੂਰਨਾਮੈਂਟ ਕਰਾਇਆ ਜਾ ਰਿਹਾ, ਇਹ ਲਗਭਗ ਪਿਛਲੇ 17 ਸਾਲਾਂ ਤੋਂ ਇਹ ਚੱਲ ਰਿਹਾ। ਇਹਦੇ ਵਿੱਚ ਸਾਰੇ ਆਏ ਜਿਹੜੇ ਖਿਡਾਰੀਆਂ ਨੂੰ ਲੰਗਰ ਜਿਹੜਾ ਦੁਪਹਿਰ ਨੂੰ ਅਤੇ ਚਾਹ ਦਾ ਪ੍ਰਬੰਧ ਖੁੱਲ੍ਹਾ ਕੀਤਾ ਜਾਂਦਾ। ਇਹ ਸਾਰਾ ਸਪੋਰਟਸ ਕਲੱਬ ਅਤੇ ਬਹੁਤ ਸਾਰੇ ਮੈਂਬਰ ਜਿਹੜੇ ਇਕੱਠੇ ਹੋ ਕੇ ਕਰਦੇ ਆ।